सिद्धू मूसेवाले के कतल नाल जिस तरह लॉरेंस बिश्नोई दीआं तारां जोड़ियां जा रहियां ने, उस तो बाद हुण बिश्नोई दे पिंड दोतारां वालियां वल्लों लॉरेंस दे नाल खड़न दी गल आखदिआं कहा जा रहा कि उसनूं बदनाम किया जा रहा ते हुण ओह तिहाड़ जेल दे विच बंद है। पिंड वालियां दा कहना है कि लॉरेंस दा एक छोटा भरा अनमोल बिश्नोई ते माँ प्यो इकट्ठे रहिंदे ने। लॉरेंस ने मुढ़ली सिक्ख्या अबोर दे अपने पिंड दे स्कूल तों हासिल कीती सी, जिस तो बाद वह अगे की पढ़ाई के लिए चंडीगढ़ चला गया सी। पिंड के लोगों नौजवानों नूं नहीं लगता कि लॉरेंस बिश्नोई की जिस तरह की छवि बनाई गई है वह अजिहा है। वह आम नौजवानों वर्गा नौजवान सी, मुंडिया नाल खेड़दा, घोड़ियां का शौक रखता, सब का सत्कार करता सी, पर उसनूं पहलां तो ही अन्याय नहीं सी पसंद। जो कोई भी किसी नाल अन्याय करता तो वह खुल के जरूर बोलता सी। नाल ही पिंड वालियां का कहना है कि सिद्धू मूसेवाला कतल मामले दे विच जिहड़े सचिन बिश्नोई की एक आडियो वायरल हुई है, जिस विच उस वल्लों कबूल किया गया है कि उसने होरां नाल मिल के सिद्धू मूसेवाले ते गोलियां चलवाईआं ने ते उसका कतल किया, यह सब कुछ पिंड वालियां मुताबक झूठ जापता है। उन्होंने विश्वास नहीं है कि यह उसे दी आवाज़ है। पिंड वासियों वल्लों बिश्नोई नूं लैके होर की कुछ किया गया वो भी सुन लैंदे आ। लॉरेंस साडा पड़ोसी है। अच्छा, ठीक है। बंदा वधिया है, क्यों पिंड च ना उन्हें अज तक किसी नूं फोन किया, ठीक है, तो ना ही वह जे कोई कम है फोन, कोई गलत कम नहीं है। वो वाहवा साल हो गए उन्होंने गए तो इतों सानू, मैं तो जन्म ही इतें ही होया। हाँ जी, छोटे होंदे लगता सीगा कि लॉरेंस है बन जाएगा? नहीं जी। अच्छा, की शौक से उन्होंने जोड़े की खेडते होंगे? ਉਹ ਘੋੜੀਆਂ ਰੱਖਦੇ ਸੀ, ਘੋੜੀਆਂ ਦਾ ਸ਼ੌਂਕ ਸੀਗਾ ਉਹਨਾਂ ਨੂੰ। ਅੱਛਾ। ਹਾਂਜੀ, ਘੋੜੀਆਂ ਰੱਖਦੇ ਸੀ, ਘੋੜਸਵਾਰੀ ਕਰਦੇ ਸੀ ਇੱਥੇ। ਕਾਫੀ ਕਹਿੰਦੇ ਕਿ ਭਜਾਉਂਦਾ ਸੀ ਘੋੜੀਆਂ? ਉਹ ਤਾਂ ਜੀ ਸ਼ੌਂਕ ਹੈਗਾ, ਆਪ ਦਾ ਸ਼ੌਂਕ ਹੀ ਹੁੰਦਾ ਜੀ। ਹਾਂਜੀ, ਤੇ ਫਿਰ ਹਥਿਆਰਾਂ ਦਾ ਬਾਰੇ ਕੋਈ ਛੋਟੇ ਹੁੰਦੇ ਹੁੰਦੀ ਸੀ ਗੱਲ? ਨਹੀਂ ਜੀ, ਹਥਿਆਰ ਰੱਖਣ ਦਾ ਵੀ ਸ਼ੌਂਕ ਉਹਨਾਂ ਨੇ ਪੁੱਛਿਆ? ਨਹੀਂ ਜੀ, ਇਹੋ ਜਿਹਾ ਕੋਈ ਸਿਸਟਮ ਹੈ ਨਹੀਂ ਸੀਗਾ। ਕੀ ਲੱਗਦਾ ਕਿ ਕਿਉਂ ਫਿਰ ਉਹ ਅੱਜ ਜਿਹੜਾ ਹੈਗਾ ਇੱਕ ਨਾਮੀ ਜਿਹੜਾ ਗੈਂਗਸਟਰ ਹੈ, ਇਕੱਲੇ ਹਿੰਦੁਸਤਾਨ ਨਹੀਂ ਬਾਹਰ ਦੀਆਂ ਬੁਣਕਾਂ 'ਚ ਵੀ ਉਹਦਾ ਨਾਮ ਚੱਲਦਾ? ਕੀ ਪਤਾ ਹੈ ਜੀ ਕਿਹਨੂੰ ਹੋਣਾ, ਜਾਂ ਤਾਂ ਉਹ ਆਪ ਜਾਣਦੇ ਹੈ ਜਾਂ ਰੱਬ ਜਾਣਦਾ ਉਹਨਾਂ ਦਾ। ਪਰ ਪਹਿਲਾਂ ਨਹੀਂ ਸੀ, ਛੋਟੇ ਹੁੰਦਾ ਨਹੀਂ ਸੀ? ਨਹੀਂ ਜੀ, ਉੱਦਾਂ ਦਾ ਕੋਈ ਸਿਸਟਮ ਨਹੀਂ ਸੀਗਾ। ਪੜ੍ਹਦੇ ਸੀ ਉਦੋਂ, ਨਾ ਹੀ ਇਹਨੂੰ ਇੰਨਾ ਲੜਾਈ ਝਗੜੇ ਦਾ ਸ਼ੌਂਕ ਸੀਗਾ, ਬਸ ਇਹਨੂੰ ਕਬੱਡੀ ਕਬੱਡੀ ਦਾ ਸ਼ੌਂਕ ਹੁੰਦਾ ਸੀ ਸਚਿਨ। ਹਾਂਜੀ, ਕ੍ਰਿਕਟ ਦਾ ਸ਼ੌਂਕ ਹੁੰਦਾ ਸੀਗਾ ਉਸ ਟਾਈਮ 'ਚ। ਇਹਨੇ ਨਾ ਕਦੇ ਕਿਸੇ ਨਾਲ ਲੜਾਈ ਕੀਤੀ ਹੈ, ਨਾ ਹੀ ਉਹ ਮੰਦਾ ਚੰਗਾ ਬੋਲਦਾ ਸੀ ਕਿਸੇ ਨੂੰ। ਹਾਂਜੀ, ਪਹਿਲਾਂ ਜਦੋਂ ਰਹਿੰਦਾ ਸੀ ਉਹ ਨੋਰਮਲ ਰਹਿੰਦਾ ਸੀਗਾ, ਇੱਥੇ ਪਿੰਡ 'ਚ ਗੌਸ਼ਾਲਾ ਹੀ ਆਉਂਦਾ ਹੁੰਦਾ ਸੀਗਾ, ਡੇਲੀ ਆਉਂਦਾ ਸੀਗਾ, ਨੋਰਮਲ ਹੀ ਰਹਿੰਦਾ ਸੀ ਇੱਥੇ। ਇਹੋ ਜਿਹਾ ਉਹਨੂੰ ਵੇਖ ਕੇ ਕੁਛ ਨਹੀਂ ਫੀਲ ਹੁੰਦਾ ਸੀ ਵੀ ਆ ਇਹੋ ਜਿਹਾ ਹੈਗਾ ਜਾਂ ਕੋਈ ਸਿਸਟਮ ਹੈਗਾ। ਆਪਣੇ ਘਰ ਦੇ ਨਾਲ ਰਹਿੰਦਾ ਜੀ, ਇੱਕ ਘਰ ਛੱਡ ਕੇ ਹੀ ਉਹਨਾਂ ਦਾ ਘਰ ਹੈ। ਅੱਛਾ। ਹਾਂਜੀ, ਕਿੰਨਾ ਕੁ ਤੁਸੀਂ ਉਹਨੂੰ ਵੇਖਿਆ ਇੱਥੇ ਪਿੰਡ 'ਚ, ਤੁਹਾਡੇ ਨਾਲ ਕਿੰਨਾ ਕੁ ਰਿਹਾ? ਨਹੀਂ, ਖੇਡਦੇ ਰਹੇ ਹਾਂ ਜੀ ਪੁਰਾਣੇ ਟਾਈਮ 'ਚ ਉਹਦੇ ਨਾਲ, ਜਦੋਂ ਇੱਥੇ ਪਿੰਡ 'ਚ ਰਹਿੰਦਾ ਸੀ ਉਹਦੇ ਨਾਲ ਉਹਦੇ ਟਾਈਮ ਖੇਡਦੇ ਸੀ ਜੀ। ਕੀ ਖੇਡਦੇ ਸੀ ਉਹਦੇ? ਕ੍ਰਿਕਟ ਵਗੈਰਾ, ਕੋਈ ਕਬੱਡੀ ਖੇਡਦੇ ਸੀ ਜੀ, ਆਹ ਖੇਡ ਖੇਡਦੇ ਹੁੰਦੇ ਸੀ। ਸ਼ੌਂਕ ਸੀ ਉਹਨੂੰ ਖੇਡਾਂ ਦਾ? ਬਹੁਤ ਜ਼ਿਆਦਾ ਸੀ ਜੀ, ਆਪਦੇ ਟਾਈਮ 'ਚ ਖੇਡਦੇ ਸੀ, ਨਾਲ ਬਹੁਤ ਬੱਚੇ ਖੇਡਦੇ ਸੀ, ਬਸ ਵਧੀਆ ਮੁੰਡਾ ਸੀ, ਨਾ ਕਿਸੇ ਨੂੰ ਕੁਛ ਕਹਿੰਦਾ ਸੀ, ਜੇ ਲੜਦਾ ਸੀ ਜੇ ਕੋਈ ਉਹ ਤੋਂ ਛੁਡਾ ਦਿੰਦਾ ਸੀ ਜੀ ਹੋਰ ਉਹਦੇ ਬਸ ਆ। ਪਰ ਅੱਜ ਇੱਕ ਜਿਹੜਾ ਹੈਗਾ ਇੱਕ ਨਾਮੀ ਗੈਂਗਸਟਰ ਦੇ ਰੂਪ 'ਚ ਨਾਮ ਆ ਰਿਹਾ ਉਹਦਾ, ਨਾਮੀ ਗੈਂਗਸਟਰ ਸਰ ਜੀ ਉਹਨੂੰ ਬਣਾਇਆ ਗਿਆ ਹੈ, ਇੰਨਾ ਕੁਛ ਹੈ ਨਹੀਂ ਸੀਗੀ ਉਹ। ਉਹ ਜਿਹੜੇ ਪੁਲਿਸ ਵਾਲੇ ਉਹ ਹਰੇਕ ਨਾਂ ਵਾਰੀ ਵਾਰੀ ਨਾਂ ਲੈ ਰਹੇ ਆ ਉਹਨਾਂ ਦਾ, ਅੰਦਰ ਬੈਠੇ ਕੋਈ ਦੱਸ ਸਕਦਾ ਮੈਨੂੰ ਕਿਵੇਂ ਤਿਆੜ ਜੇਲ੍ਹ ਦੇ ਵਿੱਚ ਕਿਵੇਂ ਕੋਈ ਫੋਨ ਚਲਾ ਸਕਦਾ ਹੈ? ਜਿਹੜੇ ਬੰਦਾ ਕੁਛ ਕਰ ਨਹੀਂ ਸਕਦਾ ਉਹਦੇ ਵਿੱਚ ਫੋਨ ਤਾਂ ਕਹਿ ਰਿਹਾ ਵੀ ਟਵੀਟ ਕਰ ਰਿਹਾ ਜੋ ਕੁਛ, ਆਹ ਨਹੀਂ ਹੋ ਸਕਦਾ ਜੀ। ਨਹੀਂ ਨਹੀਂ ਸਰ, ਇਸ ਤਰ੍ਹਾਂ ਨਹੀਂ ਹੋ ਸਕਦਾ। ਇਸ ਤਰ੍ਹਾਂ ਦਾ ਸਰ ਉਹ ਮੁੰਡਾ ਹੀ ਹੈ ਨਹੀਂ ਸੀਗਾ ਪਿੰਡ 'ਚ ਵਿੱਚ, ਪਹਿਲਾਂ ਵਧੀਆ ਰਹਿੰਦਾ ਸੀ ਤਰੀਕੇ ਨਾਲ, ਕੋਈ ਇੱਕ ਦੋ ਵਾਰੀ ਲੜਾਈ ਹੋਈ ਸੀ ਸਰ ਉਹਦੇ ਕਾਰਨ, ਅੱਗੇ ਤੋਂ ਅੱਗੇ ਉਹਦਾ ਨਾਂ ਆ ਗਿਆ, ਹੋਰ ਉਹ ਮੁੰਡਾ ਐਵੇਂ ਦਾ ਨਹੀਂ ਸੀ ਸਰ। ਨਹੀਂ ਨਹੀਂ ਸਰ, ਨਹੀਂ ਕਰਵਾ ਸਕ ਲੋਰੈਂਸ ਹੋਰ ਜਦੋਂ ਬੈਠੇ ਤਿਆੜ ਜੇਲ੍ਹ 'ਚ ਉਹ ਕਹਿੰਦੇ ਟਵੀਟ ਪਾ ਰਹੇ ਹੈ, ਪੁਲਿਸ ਵਾਲੇ ਉਹਨਾਂ ਦਾ ਫੋਨ ਕਿਉਂ ਨਹੀਂ ਫੜ ਸਕ ਪਾ ਰਹੇ? ਆਹ ਚੀਜ਼ ਵੀ ਮੇਨ ਹੁੰਦੀ ਹੈ ਵੀ ਫੋਨ